ਸਿੱਧੂ ਮੂਸੇਵਾਲੇ ਦੇ ਫੈਨ ਹਾਲੇ ਵੀ ਜੋ ਬਾਵਾਂ ਤੇ ਟੈਟੂ ਤੇ ਤੁਸੀਂ ਜ਼ਰੂਰ ਦੇਖੇ ਹੋਣਗੇ ਤੇ ਹੁਣ ਮੇਲਿਆਂ ਦੇ ਵਿੱਚ ਮਹਿੰਦੀ ਦੇ ਛਾਪੇ ਵੀ ਸਿੱਧੂ ਮੂਸੇਵਾਲੇ ਦੇ ਸਟੈਚੂ ਬਣ ਕੇ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਸਿੱਧੂ ਮੂਸੇਵਾਲੇ ਦੇ ਫੈਨ ਜੋ ਹੈ ਉਹ ਹਾਲੇ ਵੀ ਬਾਵਾਂ ਤੋਂ ਟੈਟੂ ਬਣਾਉਣ ਤੋਂ ਸਿੱਧੂ ਮੂਸੇਵਾਲੇ ਦੀ ਯਾਦ ਉਹ ਰੱਖੀ ਹੋਈ ਹੈ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਜਲੰਧਰ ਦੇ ਸਿੱਧ ਬਾਬਾ ਸੋਢਲ ਦੇ ਮੇਲੇ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਮਹਿੰਦੀ ਦੇ ਛਾਪੇ ਲੱਗਦੇ ਪਏ ਨੇ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ ਫੈਨਾਂ ਦੇ ਨਾਲ ਅੱਗੇ ਟੈਟੂ ਬੰਦੇ ਸੀ ਸਿੱਧੂ ਮੂਸੇਵਾਲੇ ਦੇ ਹੁਣ ਮਹਿੰਦੀ ਦੇ ਛਾਪੇ ਵੀ ਲੱਗਣੇ ਸ਼ੁਰੂ ਹੋ ਚੁੱਕੇ ਨੇ ਭਾਈ ਦੇਖੋ ਜੀ ਮਨ 'ਚ ਜਿਹੜਾ ਪਿਆਰ ਹੈ ਭਾਈ ਵਾਸਤੇ ਸਿੱਧੂ ਮੂਸੇਵਾਲੇ ਵਾਸਤੇ ਉੱਦਾਂ ਹੀ ਰਹੇਗਾ ਜੀ ਸਾਡੇ ਦਿਲਾਂ 'ਚ ਉਹ ਅੱਜ ਵੀ ਜਿੰਦਾ ਭਾਜੀ ਆਪਾਂ ਉਹਨਾਂ ਦੇ ਇੰਨੇ ਤਗੜੇ ਫੈਨ ਆ ਕਿ ਆਪਾਂ ਉਮਰ ਭਰ ਨਹੀਂ ਉਹਨੂੰ ਭੁੱਲ ਪਾਵਾਂਗੇ ਭਾਜੀ ਜੋ ਵੀ ਹੋਇਆ ਭਾ ਭਰਾ ਸਾਡੇ ਨਾਲ ਆਪਾਂ ਨਹੀਂ ਚਾਹੁੰਦੇ ਕਦੀ ਵੀ ਕਿਸੇ ਸਿੰਗਰ ਨੇ ਇੱਦਾਂ ਹੋਵੇ ਜੋ ਵੀ ਹੋਇਆ ਭਾਜੀ ਆਪਾਂ ਇਸ ਗੱਲ ਨਾਲ ਪੂਰੇ ਉਹਦੇ ਨਾਲ ਹਾਂ ਕਿ ਅੱਗੇ ਕਿਸੇ ਵੀ ਸਿੰਗਰ ਨੇ ਇੱਦਾਂ ਨਾ ਹੋਵੇ ਪਰ ਸਾਡਾ ਦਿਲ 'ਚ ਜੋ ਪਿਆਰ ਹੈ ਸਿੱਧੂ ਮੂਸੇਵਾਲੇ ਲਈ ਭਾਜੀ ਉੱਦਾਂ ਹੀ ਰਹੇਗਾ ਅੱਜ ਦੇ ਮੇਲੇ ਦੇ ਵਿੱਚ ਤੁਸੀਂ ਘੁੰਮਣ ਆਏ ਸੀ ਅਤੇ ਤੁਸੀਂ ਇਹਨਾਂ ਕੋਲ ਪੁੱਛਿਆ ਸਿੱਧੂ ਮੂਸੇਵਾਲੇ ਦਾ ਟੈਟੂ ਬਣਿਆ ਹੋਇਆ ਅਤੇ ਕਿਹੜਾ ਉਹ ਮਹਿੰਦੀ ਦਾ ਛਾਪਾ ਤੁਹਾਡੇ ਲਗਾਇਆ ਬਾਂਹ ਦੇ ਉੱਤੇ ਤੁਸੀਂ ਦੇਖ ਰਹੇ ਹੋ ਮੇਰੇ ਵੀਰ ਨੇ ਕਿਹੜੀ ਬਾਂਹ ਦੇ ਉੱਤੇ ਸਿੱਧੂ ਮੂਸੇਵਾਲੇ ਦੀ ਫੋਟੋ ਅਤੇ ਉਹਦੇ ਥੱਲੇ ਸਿੱਧੂ ਮੂਸੇਵਾਲਾ ਲਿਖਿਆ ਔਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਦਾਂ ਹੀ ਕਈ ਫੈਨ ਹੈ ਕਿਹੜੇ ਮਹਿੰਦੀ ਪੱਕੇ ਤੋਂ ਇੱਕ ਟੈਟੂ ਨਹੀਂ ਬਣਾ ਸਕਦੇ ਹੁਣ ਮਹਿੰਦੀ ਦੇ ਛਾਪੇ ਵੀ ਆ ਗਏ ਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਜੋ ਮੇਰਾ ਭਰਾ ਕਰ ਗਿਆ ਇਸ ਦੁਨੀਆ 'ਤੇ ਨਾਂ ਬਣਾ ਗਿਆ ਲਾਈਫ 'ਚ ਕੋਈ ਵੀ ਸਿੱਧੂ ਮੂਸੇਵਾਲਾ ਉੱਦਾਂ ਦਾ ਨਹੀਂ ਬਣ ਸਕਦਾ ਸਾਡੇ ਦਿਲ 'ਚ ਅੱਜ ਵੀ ਸਿੱਧੂ ਮੂਸੇਵਾਲਾ ਉਹੀ ਜਿੰਦਾ ਰਹੇਗਾ ਅਤੇ ਆਉਣ ਵਾਲੀ ਲਾਈਫ 'ਚ ਵੀ ਸਰ ਉਹਨਾਂ ਨਾਮ ਹੀ ਲਵਾਂਗੇ ਅੱਜ ਕਿੱਦਾਂ ਤੁਹਾਨੂੰ ਮੇਲੇ ਦੇ ਵਿੱਚ ਆਇਆ ਐਵੇਂ ਸਿੱਧੂ ਮੂਸੇਵਾਲੇ ਦਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜੇ ਮੇਲੇ 'ਚ ਮੈਂ ਆਇਆ ਤਾਂ ਮੈਂ ਸਿਰਫ ਸਿੱਧੂ ਮੂਸੇਵਾਲੇ ਦਾ ਨਾਮ ਬਣਵਾਉਣ ਪਹਿਲੇ ਆਇਆ ਸੀਗਾ ਅਤੇ ਮੈਨੂੰ ਇਹ ਸੀਗਾ ਵੀ ਮੈਂ ਜੋ ਵੀ ਕਰਾਂ ਪਹਿਲੇ ਸਿੱਧੂ ਮੂਸੇਵਾਲੇ ਭਰਾ ਦੇ ਨਾਂ ਦੇ ਕਰਾਂ ਜਿਹਨੇ ਸਾਨੂੰ ਲਾਈਫ 'ਚ ਕੁਛ ਸਿਖਾ ਕੇ ਗਿਆ ਉਹਦੇ ਬੋਲਾਂ ਸਰ ਬਹੁਤ ਸਿੱਖਿਆ ਮਿਲਦੀ ਸਾਨੂੰ ਤਾਂ ਦੇਖਿਆ ਲੋਕ ਪਹਿਲੇ ਟੈਟੂ ਬਣਾਉਂਦੇ ਸੀ ਸਿੱਧੂ ਮੂਸੇਵਾਲੇ ਦੇ ਕਈਆਂ ਨੇ ਬਾਵਾਂ 'ਤੇ ਬਣਾਏ ਨੇ ਅਤੇ ਕਈਆਂ ਦੇ ਛਾਤੀਆਂ 'ਤੇ ਬਣਾਏ ਨੇ ਹੁਣ ਛੋਟਾ ਬੱਚਾ ਵੀ ਸਿੱਧੂ ਮੂਸੇਵਾਲੇ ਦੇ ਨਾਮ ਦਾ ਟੈਟੂ ਬਣਾਉਣ ਜਾ ਰਿਹਾ ਤੁਸੀਂ ਦੇਖ ਰਹੇ ਹੋ ਅਸੀਂ ਇਸ ਬਾਰੇ ਕਿਹੜੇ ਮਹਿੰਦੀ ਦੇ ਮਾਲਕ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਮਹਿੰਦੀ ਕਿਹੜੀ ਬਾਵਾਂ ਦੇ ਉੱਤੇ ਟੈਟੂ ਬਣਾਏ ਜਾ ਰਹੇ ਨੇ ਸਿੱਧੂ ਮੂਸੇਵਾਲੇ ਦੇ ਨਾਮ ਦਾ ਜੋ ਟੈਟੂ ਹੈ ਨਿਸ਼ਾਨ ਹੈ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਤਸਵੀਰ ਸਿੱਧੂ ਮੂਸੇਵਾਲੇ ਦੇ ਨਾਮ ਦੀ ਤਸਵੀਰ ਬਣਾਈ ਗਈ ਹੈ ਅਤੇ ਉਸ ਤੋਂ ਬਾਅਦ ਉਸਦਾ ਨਾਮ ਲਿਖਿਆ ਜਾਂਦਾ ਇਸ ਬਾਰੇ ਅਸੀਂ ਮਹਿੰਦੀ ਵਾਲੇ ਮਾਲਕ ਦੇ ਨਾਲ ਗੱਲਬਾਤ ਕਰਦੇ ਹਾਂ ਮੇਲਿਆਂ ਦੇ ਵਿੱਚ ਅਕਸਰ ਹੈ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਕਿਹੜੇ ਮੇਲੇ ਲੱਗਦੇ ਨੇ ਉੱਥੇ ਮਹਿੰਦੀ ਦਾ ਅੱਗੇ ਛਾਪੇ ਅਲੱਗ ਅਲੱਗ ਤਰ੍ਹਾਂ ਦੇ ਛਾਪੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਛਾਪੇ ਵੀ ਹੈ ਅਤੇ ਸਿੱਧੂ ਮੂਸੇਵਾਲੇ ਦੇ ਨਾਮ ਦਾ ਸਟੈਚੂ ਵੀ ਬਣਿਆ ਔਰ ਉਸਦੇ ਨਾਮ ਦਾ ਇੱਕ ਮਹਿੰਦੀ ਦਾ ਬਣਿਆ ਤੁਸੀਂ ਦੇਖ ਰਹੇ ਹੋ ਪਹਿਲਾਂ ਮਹਿੰਦੀ ਦਾ ਲਗਾ ਕੇ ਫਿਰ ਪਾਣੀ ਦੇ ਨਾਲ ਧੋਇਆ ਜਾਂਦਾ ਹੈਗਾ ਸਿੱਧੂ ਮੂਸੇਵਾਲੇ ਦੀ ਤਸਵੀਰ ਹੈ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਲਿਖਿਆ ਨਾਮ ਸਿੱਧੂ ਮੂਸੇਵਾਲੇ ਦਾ ਨਾਮ ਲਿਖਿਆ ਕਿਹੜੇ ਮਹਿੰਦੀ ਦੇ ਅਸੀਂ ਮਹਿੰਦੀ ਵਾਲੇ ਦੇ ਮਾਲਕ ਦੇ ਨਾਲ ਗੱਲਬਾਤ ਕਰਦੇ ਹਾਂ ਬਾਈ ਕਿੰਨੇ ਫੈਨ ਤੇਰੇ ਕੋਲ ਆਉਂਦੇ ਨੇ ਕਿਹੜੇ ਮਹਿੰਦੀ ਦਾ ਸਿੱਧੂ ਮੂਸੇਵਾਲੇ ਦੇ ਨਾਮ ਦੇ ਬਹੁਤ ਬਹੁਤ ਜ਼ਿਆਦਾ ਆਉਂਦੇ ਹਾਂ ਜੀ गल करिए जलंधर दी जलंधर च कितने दिन हो गए तो इतने आए यहाँ पे हमको आज अभी 6 दिन हो गया 6 दिन में कितने फैन सिद्धू मूसेवाले के लगभग 150-200 तक लगा लिए गए हैं 150-200 फैन बावा ते लगा देता और भी किसे सिंगर दा हैगा नहीं और किसी का सिर्फ सिद्धू मूसेवाले सिर्फ सिद्धू मूसा कोई पूछता होना पहले तुम्हारे को हाँ कोई पूछते हैं कि हाँ और भी है लेकिन नहीं हम पता कि नहीं सिर्फ सिद्धू मूसा ही है क्या क्या है सिद्धू मूसेवाले की तस्वीर है और क्या नाम लिखा हुआ है नाम लिखा हुआ हाँ जी तुम देख रहे हो 3-6 दिनों के बीच 150-200 के करीब हम छोटे बच्चे ना गलबात करते हैं तो ये सिद्धू मूसेवाले की बाँह के उत्ते तस्वीर बनवाई है मैं सिद्धू मूसेवाले का बड़ा फैन है ਤੇ ਅੱਜ ਮੇਲੇ ਦੇ ਵਿੱਚ ਕਿਹੜੀ ਤਸਵੀਰ ਬਣਾਈ ਹੈ ਪੱਕੀ ਹੈ ਜਾਂ ਕੱਚੀ ਹੈ ਕੱਚੀ ਹੈਗੀ ਅੱਛਾ ਮਹਿੰਦੀ ਵਾਲੀ ਹੈ ਆਹੋ ਤੇ ਪਹਿਲਾਂ ਪਤਾ ਕੀਤਾ ਸੀ ਤੁਸੀਂ ਨਹੀਂ ਮੇਰੇ ਭਰਾਵਾਂ ਨੇ ਨਾ ਬਣਾਇਆ ਸੀ ਹਾਂ ਤਾਂ ਉਹਨਾਂ ਦਾ ਨਿਕਲ ਗਿਆ ਸੀ ਪਹਿਲਾਂ ਤੇ ਸਿੱਧੂ ਮੂਸੇਵਾਲੇ ਦੀ ਬਾਂਹ ਤੇ ਫੋਟੋ ਬਣਾਈ ਕਿੰਦਾ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਮੈਂ ਤਾਂ ਆ ਹੀ ਦੇਣਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਸਾਡੇ ਦਿਲਾਂ ਵਿੱਚ ਰਹਿੰਦਾ ਆ ਉਹ ਚਲਾ ਗਿਆ ਲੇਕਿਨ ਸਾਡੇ ਦਿਲਾਂ 'ਚ ਕਦੋਂ ਨਹੀਂ ਜਾਣਾ ਛੋਟੇ ਛੋਟੇ ਬੱਚੇ ਵੀ ਕਹਿ ਰਹੇ ਨੇ ਸਿੱਧੂ ਮੂਸੇਵਾਲਾ ਭਾਵੇਂ ਚਲਾ ਗਿਆ ਉਹ ਸਾਡੇ ਦਿਲਾਂ 'ਚੋਂ ਨਹੀਂ ਜਾ ਸਕਦਾ ਅਸੀਂ ਮਹਿੰਦੀ ਵਾਲੇ ਨੂੰ ਪੁੱਛਦੇ ਹਾਂ ਕਿੰਨੇ ਦਾ ਇੱਕ ਸਟੈਚੂ ਕਿਹੜਾ ਬਣਾਇਆ ਜਾਂਦਾ ਇਹ ਕਿਹੜਾ ਇੱਕ ਤੁਸੀਂ ਤਸਵੀਰ ਬਣਾਉਂਦੇ ਹੋ ਸਿੱਧੂ ਮੂਸੇਵਾਲੇ ਦੀ ਉਹ ਕਿੰਨੇ ਦੀ ਬਣਾਉਂਦੇ ਹੋ 20 ਰੁਪਏ ਦਾ ਅੱਛਾ 20 ਰੁਪਏ ਕੀ ਬਣਾਉਂਦੇ ਹੋ ਅਤੇ ਪੂਰਾ ਨਾਮ 20 ਸਾਥ ਮੈਂ ਹਾਂ ਨਾਮ ਵੀ ਲੱਗ ਜਾਂਦਾ ਹੈ ਨਾ ਅਲੱਗ ਸੇ ਵੀ ਲੱਗ ਜਾਂਦਾ ਹੈ ਦੋਨੋਂ 40 ਰੁਪਏ ਕਾ ਆਤਾ ਹੈ ਅੱਛਾ ਦੋਨੋਂ 40 ਰੁਪਏ ਕੇ ਆਤੇ ਹੈ ਤੁਸੀਂ ਦੇਖ ਰਹੇ ਹੋ ਇੱਕ ਤਸਵੀਰ ਬਣਾਉਣੀ ਹੋਵੇ ਤਾਂ 20 ਰੁਪਏ ਲੈਂਦੇ ਨੇ ਅਤੇ ਨਾਮ ਵਿਦ 40 ਰੁਪਈਏ ਅਤੇ ਬੱਚਿਆਂ ਦਾ ਕਹਿਣਾ ਹੈ
छोटे छोटे बच्चे भी सिद्धू मूसेवाले की तस्वीर बाहों पर बना रहे हैं। अगे टैटू तो सुने से हूँ मेहंदी के छापे भी लगने शुरू हो चुके ने। बच्चे ने उन्होंने बाहों के उत्ते सिद्धू मूसेवाले के टैटू बनाए हुए ने। क्यों टैटू बनाया है? मैं उसका फैन हाँ। फैन है? हाँ। तो गाना भी आंदा? आहो। केड़ा गाना गा रहे? 295 दस पुत तेरे हेड डोन कास्तो चंगा पला हस दासी मोन कास्तो जड़े दरवाजे विच बोल चकी हड़े मैं चंगित राज दया कौन कास्तो कुछ तो चांदी कम कौना चौद ने कुछ तन फड़ थल लौना चौद ने कुछ तन आए थे पुके फेम दे नाम ले रे गेउना चौद ने। कितने साल दा मैं? 10। 10 साल दा। फिर तेरे मां प्यो नहीं कहंदे सिद्धू मूसेवाले दी फोटो क्यों बनाई बाद? मैं अपने आप बनाई। अपने आप बनाई? कदों बना के गया तो मां प्यो ने डांटिया नहीं तेनू? नहीं। तुसीं देख रहे हो 10 साल का बच्चे ने सिद्धू मूसेवाले की टैटू है वह अपनी मेहंदी का छापा है वह बाँह पर बनाया होया है। वह कहिंदा मैं उसनू दिल तो चाहना वा तो उसने गाना भी गा के सुनाया 295 जो लगातार 295 छोटे छोटे बच्चे सिद्धू मूसेवाले के नाम के गाने गाते पे ने। अज जलंधर दे विच मेले दे विच घट्टो घट 4 दिनों दे विच सिद्धू मूसेवाले के 150 फैना ने अपने बाहों के उत्ते सिद्धू मूसेवाले की तस्वीर बनाई है। तो कितों मेहंदी वाले ना गलबात की गई तो उन्हों का कहना सिर्फ सिद्धू मूसेवाले का तस्वीर तो और सिद्धू मूसेवाले के नाम का टैटू है वो कि लोग फैन पुछते हैं तो वह बनाए जा रहे हैं। तो होर 4 दिन होर असं इतने हाँ तो घट्टो घट 700 to 800 के लोग फैना के उत्ते बाहों के उत्ते टैटू बनाए जाएंगे। तो देख रहे हो अक्सर टैटू तो देखे है लोग बनाते तो हूँ मेहंदी के छापे भी सिद्धू मूसेवाले के तस्वीर अलग अलग तरह दस्वीर जो छापे लगते पे ने। कैमरामैन देवराज के नाल सोनू महाजन पंजाब के सी टी वी जलंधर।